YouTube खोल के देखो मरे YouTube खोल के देखो
ਜਾਣਾ ਮਾਤੇ ਬਾਪ ਚਲ ਗੁਰਦੁਆਰੇ ਜਾਣੀ ਨਾਲ ਮਾਤੇ ਨੂੰ ਥੱਲੇ ਵਾਲੇ ਖੋਲੋ ਥੱਲੇ ਵਾਲੇ ਕੀ ਕਹਿੰਦਾ ਉਹਦੀ ਰੋਡ ਵੀ ਝਾੜ ਦੀ ਕਰਤਾ ਕੰਮ ਰੋੜਾ ਤੁਹਾਨੂੰ ਗਲਤ ਦੇਤੀ ਆ ਮੇਰੀ ਗੱਲ ਸੁਣੋ ਆਪਾਂ ਤਿੰਨ ਦਿਨ ਉੱਥੇ ਚਲਾਈ ਆ ਆਪਾਂ ਤਿੰਨ ਦਿਨ ਚਲਾਈ ਬੜੀ ਸੋਹਣੀ ਚੱਲਦੀ ਰਹੇ ਇੱਥੇ ਮਹਾਰਾਜਾ ਚੋਂ ਉਹਨੂੰ ਦਿੱਤੀ ਆ ਦੂਜੇ ਇਸ 'ਚ ਉਸ ਦਿਨ ਹੀ ਉਹਨੇ ਕੰਮ ਕਰਤਾ ਉਹਦਾ ਗੱਡੀ 'ਚ ਹੋਣਾ ਭਾਅ ਜੀ ਰਾਤੀ ਤਾਂ ਸੀਗਾ
ਪਿੱਛੇ ਕਰ ਦੋਗੇ ਲੈਣੇ ਤੇ ਹੈਲੋ 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 ਹੈਲ
ਕਰਤਾ ਬੰਦ ਮੈਂ ਕੈਮਰਾ ਉੱਦਾਂ ਹੀ ਲੈ ਕੇ ਆ ਗਿਆ ਇੱਧਰ ਨੂੰ ਕੱਢ ਲਿਆ ਹੋਣਾ ਪਤਾਲ ਕਮਗਾਲੂ ਚੀਜ਼ ਗਈ ਯੂਟਿਊਬ ਦੇ ਲਿੰਕ ਡਿਫਰੈਂਟ ਹੁੰਦੇ
ਗੁਰਦੁਆਰਾ ਪਰ ਚੀਜ਼ ਇਹ ਤਾਂ ਇੱਥੇ ਚਿੜੀ ਸੀ ਜੀ ਇੱਥੇ ਇੱਕ ਸਾਧੂ ਮਤਲਬ ਚੜਾਈ ਕਾਲੀ ਕੰਬਲੀ ਵਾਲਾ ਹੁੰਦਾ ਸੀ ਜੀ ਕੰਬਲੀ ਤੇ ਉਸ ਤੋਂ ਬਾਅਦ ਇਹਨਾਂ ਨੇ ਕੀਤਾ ਪਿੰਡ ਵਾਲਿਆਂ ਨੇ ਇੱਥੇ ਥੋੜਾ ਥੋੜਾ ਕਰਕੇ ਤਾਂ ਆਪਣੇ ਗੁਰੂ ਘਰ ਜ਼ਮੀਨ ਖਰੀਦ ਲਈ ਲਗਭਗ ਰਕਬਾ ਜੀ ਘੱਟਦੇ ਘੱਟ 10 ਖੇਤ ਦਾ ਰਕਬਾ ਪਿਆ ਸੀ ਇਹ ਬਚਦਾ ਵੀ ਕਿਉਂ ਜਿੱਥੇ ਕੁੱਝ ਨਾ ਕੁੱਝ ਆਪਾਂ ਹੱਕ ਜਮਾਉਣ ਲੱਗਦੇ ਹਾਂ ਆਲੇ ਦੁਆਲੇ ਤਾਂ ਕਿਸਾਨ ਨਹੀਂ ਲੱਗਣੇ ਆ ਉਹ ਜਦੋਂ ਜਮਾਉਣ ਲੱਗਦੇ ਆ ਜਦੋਂ ਚੀਜ਼ ਇਹ ਚੱਲਦਾ ਪਿਆ ਜੀ ਲਾਈਵ ਇਹ ਲਾਈਵ ਚੱਲਦਾ ਪਿਆ ਤਾਰ ਦੇ ਚੱਲੀ ਸਰ ਕੀਤੀ ਉਹ ਆ ਅੱਜ ਆ ਆ ਉਰੀਆ ਇਧਰ ਉਹਨਾਂ ਨੂੰ ਘੱਲ ਦਿੰਦੇ ਚੁੰਨੀ ਲੈ ਕੇ ਚੁੰਨੀ ਚੜਾ ਕੇ
आजा चलिए जितने अंदर बैठिए मैं कहता हूँ
ਘੁਮਾ ਦੇ ਬਾਹਰ ਲੈ ਜਾਂਦੇ ਆ।
ਨੇੜੇ ਆ ਜਾਓ ਪਲੀਜ਼ ਆਂਟੀ ਸਾਡੇ ਸਾਰੇ ਸਰੀਰ ਦੇ ਅੰਦਰ ਦੀ ਮਾਰਾ ਦੇ ਵਾਸਤੇ ਜੀ ਹੋਈ ਸਾਡੇ ਸਾਰੇ ਜੀ ਸਭ ਤੋਂ ਪਹਿਲੇ ਕਿ
ਨਾਮ ਆਵੇ ਉਸ ਵੇਲੇ ਮੱਥਾ ਟੇਕ ਕੇ ਤੇ ਪਰਿਕਰਮਾ ਕਰਨੀਆਂ, ਕਾਲੀ ਨਹੀਂ ਕਿਸੇ ਤਰ੍ਹਾਂ ਦੀ ਵੀ ਕਰਨੀ, ਇਸ ਗੱਲ ਦਾ ਖਿਆਲ ਰੱਖਣਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ। ਜਿਸ ਵੇਲੇ ਨਾਨਕ ਨਾਮ ਆਵੇ ਉਸ ਵੇਲੇ ਆਪ ਜੀ ਨੇ ਮੱਥਾ ਟੇਕ ਕੇ ਤੇ ਪਰਿਕਰਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਪਾਪ ਤਜਾਇਆ ਬਦਰਾਮ ਜੀਓ।
Thank you.
ਅਰਦਾਸ ਪਰਾਸ ਤਾਕੋ ਬਿਗਨ ਨਾ ਕੋਲਾ ਕੀ ਜਾਨ ਕੀ ਕਿਰਪਾ ਕੀ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਤ ਹੈ ਗੁਰੂ ਨਾਨਕ ਲਈ ਧਿਆਏ ਰੰਗਤ ਗੁਰੂ ਅਰਦਾਸ ਰਾਮਦਾਸ ਹੋਈ ਸਹਾਏ ਅਰਜਨ ਗੋਬਿੰਦ ਸਿਮਰ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਠਾ ਸਭ ਗੁਣ ਜਾਏ ਏਕ ਬਹਾਦਰ ਸਿਮਰਿਆ ਕਰ ਨਾਮ ਦਿਆਵਾ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਗਤ ਦੇਵਾਲੀ ਸਭ ਥਾਈ ਹੋਈ ਸਹਾਏ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਨ ਤੇ ਧਿਆਨ ਕਰਕੇ ਗੁਰੂ ਜੀ ਵਾਹਿਗੁਰੂ ਵਾਹਿਗੁਰੂ ਅੰਜਾ ਪਿਆਰਿਆਂ ਚੌ ਸਬਜਾਦਿਆਂ ਚਾਲੀਆਂ ਮੂਹਤਿਆਂ ਹੱਠੀਆਂ ਜੱਟੀਆਂ ਤੱਤੀਆਂ ਜਿੰਨਾ ਗੁਰਮੁਖਾਂ ਨੇ ਨਾਮ ਜਪਿਆ ਵੜ ਸਕਿਆ ਦੇਖ ਚਲਾਈ ਤੇ ਅਗਵਾਈ ਦੇ ਕੇ ਪ੍ਰਗਟ ਕੀਤਾ ਤਰਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸਿਰ ਦਿੱਤੇ ਬੰਨ ਪੰਨ ਕਟਾਈ ਕੁਪੜੀਆਂ ਲੋਹੀਆਂ ਚੱਪੜੀਆਂ ਤੇ ਚੜੇ ਆਰਿਆਂ ਦੇ ਨਾਲ ਤਨ ਚਿਰ ਵਾਹਿਗੁਰੂ ਦੁਆਰਿਆਂ ਦੀ ਸੇਵਾ ਵਾਲੀ ਕੁਰਬਾਨੀਆਂ ਕੀਤੀਆਂ ਤੇ ਹੁਣੇ ਆਰਿਆਂ ਸਿੱਖੀ ਕੇ ਸਵਾਸਾਂ ਸਭ ਨਿਭਾਏ ਇਹਨਾਂ ਸਮਾਂ ਸ਼ਹੀਦ ਸਿੰਘ ਸੁਣਿਓ ਕੇ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਮਰਿਆ ਜੁਤਾ ਸਭ ਗੁਰਦੁਆਰਿਆਂ ਦੇ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵਾਂ ਚਿਤਾਵਨ ਕਾ ਸਤਕਾਰ ਸਰਬ ਸੁਖੋਵਾ ਜਹਾਂ ਜਹਾਂ ਖਾਲਸਾ ਜੀ ਸਾਹਿਬਤਾ ਦਾ ਚਰਨ ਦੇਵ ਤੇ ਫਤਿਹ ਗ੍ਰੰਥ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਮਵਿਕਤਾਨ ਵਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਸ਼ਿਸ਼ਟਾਨ ਚੌਂਕੀਆਂ ਝੰਡੇ ਹੋਵੇ ਜੁਗੋ ਜੁਗ ਅਟਲ ਧਰਮ ਕੇ ਜੈਕਾਰ ਖਾਲਸਾ ਜੀ ਸਗੋਲਾ ਜੀ ਆਪ ਜੀ ਦੇ ਸਿੱਖਾਂ ਦਾ ਮਾਨੀ ਮਾਤੁੱਚੀ ਮਤ ਪੱਤ ਦੇ ਰਾਖੀ ਅਕਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਸ੍ਰੀ ਰਮਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਮਰਤਾਬਾਂ ਦੇ ਜਿਨ੍ਹਾਂ ਤੋਂ ਪੰਥੋਂ ਛੋੜਿਆ ਗਿਆ ਹੈ ਉਹਦੇ ਦਰਸ਼ਨ ਦੇ ਦਾਰ ਤੇ ਸੇਵਾ ਸੰਭਾਲ ਦਾ ਦਾਰ ਖਾਲਸਾ ਜੀ ਬਖਸ਼ੋ ਇਹ ਦਿਵਾਲਿਆਂ ਦੇ ਮਹਾਨ ਸਤਿਗੁਰੂ ਜੀ ਨੇ ਤਾਲਿਆਂ ਤਾਲਿਆਂ ਉੱਠਾ ਦੀ ਓਟ ਦੇ ਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਅਰਦਾਸ ਬੇਨਤੀ ਜੋਦਰੀ ਪਾਤਸ਼ਾਹ ਜੀ ਨਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਾਂ ਕਰਨ ਸਤ ਪਾਤਸ਼ਾਹੀ ਦੋਨਾਂ ਹੀ ਪਰਿਵਾਰਾਂ ਨੂੰ ਆਪ ਜੀਆਂ ਨੇ ਖੁਸ਼ੀਆਂ ਦੇ ਅਵਸਰ ਬਖਸ਼ੇ ਪਾਤਸ਼ਾਹ ਜੀ ਸੁਭਾਗ ਜੋੜੀ ਕਾਕਾ ਅੰਮ੍ਰਿਤ ਸਿੰਘ ਸੁਪੁੱਤਰ ਸਰਦਾਰ ਮੱਕੜ ਸਿੰਘ ਦੀਦੀ ਮਹਿਤਾਬ ਕੌਰ ਸੁਪੁੱਤਰੀ ਸਰਦਾਰ ਹਰਿਮੰਦਰ ਸਿੰਘ ਮਹਾਰਾਜ ਜੀ ਸੁਭਾਗ ਜੋੜੀ ਸ਼ੁਭ ਅਨੰਦ ਅਨੰਦ ਕਾਰਜ ਕਰਾਉਣ ਵਾਸਤੇ ਮੇਰੇ ਦਰਬਾਰਾਂ ਚ ਹਾਜ਼ਰ ਹੋਈ ਸੀ ਗ੍ਰੰਥੀ ਸਿੰਘਾਂ ਨੇ ਆਪ ਜੀ ਕੋਲੋਂ ਆਗਿਆ ਲੈ ਕਰਕੇ ਮਹਾਰਾਜ ਸੁਭਾਗ ਜੋੜੀ ਦਾ ਸ਼ੁਭ ਅਨੰਦ ਕਾਰਜ ਆਰੰਭ ਕੀਤਾ ਸੀ ਆਪ ਜੀ ਦੀ ਮਹਾਨ ਮਹਾਨ ਕਿਰਪਾ ਹੋਈ ਹੈ ਪਾਤਸ਼ਾਹੀ ਸੁਭਾਗ ਜੋੜੀ ਦਾ ਸ਼ੁਭ ਅਨੰਦ ਕਾਰਜ ਗੁਰ ਮਰਿਆਦਾ ਅਨੁਸਾਰ ਸਾਧ ਸਿੰਘ ਦੀ ਹਾਜ਼ਰੀ ਪਾਤਸ਼ਾਹ ਦੀ ਕਿਰਪਾ ਦੁਆਰਾ ਸੰਪੰਨ ਦੁਆਰਾ ਸੰਪੰਨ ਹੋਇਆ ਪਾਤਸ਼ਾਹ ਜੀ ਸੁਭਾਗ ਜੋੜੀ ਤੇ ਆਪਣਾ ਮੇਹਰ ਪ੍ਰਿਆਤ ਰੱਖਣਾ ਦੋਨਾਂ ਹੀ ਪਰਿਵਾਰਾਂ ਵਿੱਚ ਪਰਸਪਰ ਪਿਆਰ ਬਖਸ਼ਣਾ ਗੁਰਸਿੱਖੀ ਦਾ ਜਨਮ ਜੀਵਨ ਬਖਸ਼ਣਾ ਪਾਤਸ਼ਾਹ ਰਮਦਾਨ ਪੁੱਤੇ ਕਰਨੀ ਤਾਰਾਨੀਆਂ ਸੰਤਾਂ ਦੀ ਹਾਜ਼ਰੀ ਦਾ ਪ੍ਰਵਾਨ ਕਰਨੀਆਂ ਕਦਮ ਕਦਮ ਲੈ ਕੇ ਰੋਣਾ ਤਰਫ਼ ਭੇਟਾਵਾ ਪੰਦਰ ਦੀ ਮਨਜ਼ੂਰ ਕਰਨੀ ਰਮਦਾਨ ਪੁੱਤੇ ਕਰਨੀ ਪਾਤਸ਼ਾਹ ਦੋਨਾਂ ਹੀ ਪਰਿਵਾਰਾਂ ਵੱਲੋਂ ਇਹਨਾਂ ਖੁਸ਼ੀਆਂ ਦੇ ਅੰਦਰ ਆਪਣੇ ਸੋਹਣੇ ਜਿਹੇ ਪਛਾਕੇ ਪਨਾ ਜਾਂਦੇ ਹਨ ਅੰਗੀਕਾਰ ਕਰੋ ਇਸ ਤਰ੍ਹਾਂ ਸੇਵਕਾਂ ਦੇ ਲੋਕ ਅਤੇ ਪਲੋਕ ਪ੍ਰਤੀਕ ਜਨੇ ਪਾਤਸ਼ਾਹ ਜੀ ਲੜਕਾ ਪਰਿਵਾਰ ਵੱਲੋਂ ਇਹਨਾਂ ਖੁਸ਼ੀਆਂ ਦੇ ਅੰਦਰ ਗੁਰੂ ਘਰ ਵਾਸਤੇ 11-21 ਸਦਰ ਵਾਲਾ ਅਰਦਾਸ ਕਰਾਏ ਜਾਂਦੇ ਹਨ ਪਾਤਸ਼ਾਹ ਜੀ ਜਿਹਨਾਂ ਖਜ਼ਾਨਿਆਂ ਦੇ ਵਿੱਚੋਂ ਮੈਂ ਮਾਇਆ ਆਈ ਹੈ ਸੋ ਖਜ਼ਾਨੇ ਭਰਪੂਰ ਕਰਨੇ ਕਾਰਨ ਦੁਕਰ ਕੀਤੀ ਹੈ ਸਿਆ ਪ੍ਰਦਰ ਤੇ ਮਨਜ਼ੂਰ ਕਰਨੀ ਪਾਤਸ਼ਾਹ ਲੜਕੀ ਪਰਿਵਾਰ ਵੱਲੋਂ ਜਦ ਤੇ ਕੜਾ ਪ੍ਰਸ਼ਾਦੀ ਦੀ ਗੱਲ ਰਾਮ ਜੀ ਕੋ ਭੋਗ ਲਗੇ ਆਪ ਜੀ ਕਾ ਭੋਗ ਲੱਗਿਆ ਹੋਇਆ ਪ੍ਰਸ਼ਾਦ ਸਰਬਾਤ ਸੰਤਾਂ ਵੰਡਣ ਅਤੇ ਛਕਣ ਦੇ ਉਪਮੋਹਣ ਪਵਿੱਤਰ ਹੁਕਮਾਂ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾਰਥ ਕਰੋ ਜੀ ਆਪ ਕਰਤੇ ਜੋ ਜੀ ਆਵੈ ਸੋ ਰਾਜੀ ਜਾਵੈ ਸੁਖ ਹੋਵੈ ਨਾਮ ਚਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਆਕਾਰ ਕੀ ਤਬ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ
ਕਰੋ
ਸਾਡੀ ਇੱਥੇ ਨਾਲ ਕਰੋ
¿Qué es eso?